हां जी, ਸਤਿ ਸ਼੍ਰੀ ਅਕਾਲ ਜੀ। ਮੈਂ ਹੈਪੀ ਖੈਰਾ, ਖੈਰਾ ਸਰਦਾਨੀ ਬੁਟੀਕ ਤੋਂ। ਹੋਪ ਸੋ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ। ਅੱਜ ਅਸੀਂ ਤੁਹਾਡੇ ਲਈ ਹੋਰ ਬਹੁਤ ਸੋਹਣੀ ਸੋਹਣੀ ਕਲੈਕਸ਼ਨ ਲੈ ਕੇ ਆਏ ਹਾਂ, ਅਤੇ ਆਪਾਂ ਪਹਿਲੇ ਸੂਟ ਤੋਂ ਸਟਾਰਟ ਕਰਨ ਲੱਗੇ ਹਾਂ। ਇਹ ਸਾਰੇ ਹੈਂਡ ਮਸ਼ੀਨ ਮਿਕਸ, ਪ੍ਰੋਪਰ ਹੈਂਡ, ਸਾਰੇ ਤਰ੍ਹਾਂ ਦੀ ਵਰਾਇਟੀ ਆ। ਤੁਹਾਨੂੰ ਖੋਲ ਖੋਲ ਕੇ ਦਿਖਾਉਂਦੇ ਹਾਂ, ਤੁਸੀਂ ਦੇਖੋ। ਪਰਪਲ ਕਲਰ ਤੇ ਪਹਿਲਾ ਸੂਟ ਦੇਖੋ, ਇਹਦੇ ਤੇ ਵੀ ਨੈਕ ਬਣਿਆ ਹੈ, ਠੀਕ ਹੈ। ਅਤੇ ਇਹਦੀਆਂ ਕਲੀਆਂ ਦੇਖੋ ਕਿੰਨੀਆਂ ਸੋਹਣੀਆਂ, ਕਿੰਨੀਆਂ ਹੈਵੀ, ਵਿੱਚ ਨੈੱਟ ਵਾਂਗ ਭਰਿਆ ਅਤੇ ਵਿੱਚ ਦਬਕਾ ਅਤੇ ਕੱਟ ਦਾ ਨਾ ਸਾਰਾ ਕੁਛ ਪਾ ਕੇ, ਅਤੇ ਇਹਦਾ ਘੇਰਾ ਵੀ ਦੇਖੋ ਕਿੰਨਾ ਸੋਹਣਾ ਹੈਵੀ ਆ। ਅਤੇ ਇਹਦੀ ਬਾਜੂ ਅਤੇ ਆ ਇਹਦੀ ਸਲਵਾਰ, ਸਟਰੇਟ ਸਲਵਾਰ ਵੀ ਦੇਖੋ ਕਿੰਨੀ ਪਿਆਰੀ ਬਣੀ ਆ। ਮਿਰਰ ਲੱਗੀ ਆ ਬੂਟੀ ਦੇ ਵਿੱਚ ਅਤੇ ਪੂਰਾ ਇੱਕ ਬਾਰਡਰ ਬਣਿਆ। ਇਹਦੇ ਨਾਲ ਅਸੀਂ ਪਿਓਰ ਚਿਨੋਨ ਦਾ ਦੁਪੱਟਾ ਰੱਖਿਆ ਹੈ। ਲੇਸ ਵਗੈਰਾ ਤੁਸੀਂ ਆਪਣੀ ਪਸੰਦ ਦੀ ਕਰਵਾ ਸਕਦੇ ਹੋ। ਨੈਕਸਟ ਬਰੋਕੇਡ 'ਚ ਮਸਟਰਡ ਸੂਟ, ਹੈਂਡ ਮਸ਼ੀਨ ਮਿਕਸ ਆ। ਨੈਕਲਾਈਨ ਕਲੀਆਂ, ਹੈਂਡ ਮਸ਼ੀਨ ਮਿਕਸ, ਪ੍ਰੋਪਰ ਬਹੁਤ ਸੋਹਣਾ ਸੂਟ। ਬਾਜੂ ਇਹਦੀਆਂ ਫੁੱਲ ਹੈਵੀ ਆ, ਦੇਖੋ ਪੂਰਾ ਜੇ ਕਹੀਏ ਤਾਂ ਇੱਕ ਪੂਰਾ ਘੇਰਾ ਬਣ ਜਾਂਦਾ ਸੂਟ ਦਾ, ਜਿੰਨੀ ਹੈਵੀ ਬਾਜੂ ਬਣੀ ਆ। ਬਹੁਤ ਹੀ ਪਿਆਰਾ ਸੂਟ ਹੈ, ਮੈਚਿੰਗ ਹੈ। ਇਹ ਇਹਦੀ ਸਲਵਾਰ ਹੈ, ਸਲਵਾਰ ਪਲੇਨ ਰੱਖੀ ਹੈ ਬਰੋਕੇਡ ਦੇ ਨਾਲ ਆਪਾਂ, ਠੀਕ ਹੈ। ਸਲਵਾਰ 'ਤੇ ਸਾਰੇ ਮਿਰਰ ਲੱਗੇ ਆ। ਬਹੁਤ ਹੀ ਪਿਆਰਾ ਸੂਟ ਆ, ਇਹਦੇ ਨਾਲ ਦੁਪੱਟਾ ਪਿਓਰ ਚਿਨੋਨ, ਅਤੇ ਲੇਸ ਤੁਸੀਂ ਆਪਣੇ ਪਸੰਦ ਦੀ ਲਗਵਾ ਸਕਦੇ ਹੋ। ਅਸੀਂ ਲੇਸਿਸ ਤਾਂ ਨਹੀਂ ਲਗਾਉਂਦੇ ਕਿ ਕਿਸੇ ਨੇ ਵਰਕ ਕਰਾਉਣਾ ਹੁੰਦਾ ਹੈ, ਆਫਟਰ ਸਟਿਚਿੰਗ ਕਸਟਮਰ ਸਾਨੂੰ ਡਿਮਾਂਡ ਕਰ ਦਿੰਦੇ ਆ, ਜਾਂ ਆਪਣੀ ਪਸੰਦ ਦੀ ਲੇਸ ਲਗਵਾ ਸਕਦੇ ਆ। ਲਾਈਟ ਸਕਾਈ ਜਿਹਾ ਸੂਟ ਆ, ਬਹੁਤ ਹੀ ਪਿਆਰਾ। ਘੇਰਾ ਕਲੀਆਂ ਬਾਂਹ 'ਤੇ ਕੰਮ ਹੈ ਇਹਦੇ, ਐਂਡ ਇਹਦੀ ਸਲਵਾਰ 'ਤੇ ਕੰਮ ਆ। ਅਤੇ ਪਿਓਰ ਚਿਨੋਨ ਦਾ ਇਹਦੇ ਨਾਲ ਦੁਪੱਟਾ ਹੈ, ਉਹਦੇ ਉੱਤੇ ਉਹਦੇ ਵਿੱਚ ਵੀ ਪੈਨਲਸ ਬਣੇ ਆ ਬਹੁਤ ਸੋਹਣੇ। ਪੈਰਟ ਸ਼ੀਟ, ਜਾਰਜਟ ਚੈੱਕ, ਬਹੁਤ ਹੀ ਪਿਆਰਾ ਜਿਹਾ ਸਟੱਫ ਆ। ਨੈੱਕ ਮੈਰੂਨ ਪੈਚ ਦਿੱਤਾ, ਨੈੱਕ ਬਹੁਤ ਸੋਹਣਾ, ਫੁੱਲ ਬ੍ਰਾਈਡਲ ਪੀਸ ਆ। ਕੋਈ ਵੀ ਜ਼ਰੂਰੀ ਨਹੀਂ ਕਿ ਬ੍ਰਾਈਡਲ, ਕੋਈ ਵੀ ਬਣਾ ਸਕਦਾ ਹੈ, ਪਾਰਟੀਵੇਅਰ ਪੂਰਾ ਸੂਟ ਆ। 3 ਬੂਟੇ ਬਣੇ ਆ, ਇਹਦੀਆਂ ਬਾਜੂ ਬਣੀਆਂ ਹੈ, ਐਂਡ ਇਹਦੀ ਸਲਵਾਰ 'ਤੇ ਵੀ ਵਰਕ ਆ। ਬੜੇ ਪਿਆਰਾ ਜਿਹਾ ਸਟੱਫ ਆ, ਪਿਆਰਾ ਜਿਹਾ ਵਰਕ ਆ। ਪਿਓਰ ਚਨੋਨ ਦਾ ਇਹਦੇ ਨਾਲ ਦੁਪੱਟਾ ਹੈ, ਦੁਪੱਟੇ ਦੇ ਉੱਤੇ ਵੀ ਪੂਰਾ ਵਧੀਆ ਕੰਮ ਹੋਇਆ ਹੈ। ਵਿੱਚ ਦੇਖੋ ਪੂਰਾ ਹੈਵੀ ਫਲਾਵਰ ਦਿੱਤਾ ਹੈ, ਵਿੱਚ ਬੂਟੀ ਲਾਈਨਸ ਦਿੱਤੀਆਂ, ਛੋਟੀਆਂ ਛੋਟੀਆਂ ਬੂਟੀਆਂ ਦਿੱਤੀਆਂ, ਅਤੇ ਆਪਣੀ ਮਰਜ਼ੀ ਦੀ ਤੁਸੀਂ ਲੈਸ ਲਗਵਾ ਸਕਦੇ ਹੋ। ਲਾਈਟ ਜਿਹਾ ਗਰੇਪਸ ਕਲਰ ਆ, ਬਿਲਕੁਲ ਲਾਈਟ, 0 ਸ਼ੇਡ। ਮੈਜੈਂਟਾ ਕਲਰ ਦਾ ਨੈਕ 'ਤੇ ਪੈਚ ਦਿੱਤਾ ਹੈ ਪੂਰੇ ਸੂਟ ਦੇ ਵਿੱਚ, ਮੈਜੈਂਟਾ ਘੇਰੇ 'ਚ ਅਤੇ ਅੰਬੀ ਦੇ ਵਿੱਚ ਔਰੇਂਜ ਕਲਰ ਦਾ ਕੰਟਰਾਸਟ ਕੀਤਾ ਹੈ। ਬੜਾ ਪਿਆਰਾ ਜਿਹਾ ਸੂਟ ਆ। ਆਹ ਇਹਦੀ ਸਲਵਾਰ ਆ, ਅਤੇ ਆਹ ਇਹਦੀ ਬਾਜੂ ਆ, ਦੇਖੋ ਕਿੰਨੀ ਸੋਹਣੀ ਬਾਜੂ 'ਤੇ ਵੀ ਕੰਮ ਆ। ਬੜਾ ਪਿਆਰਾ ਸੂਟ ਆ, ਇਹਦੇ ਨਾਲ ਸੇਮ ਕਲਰ ਦਾ ਸੂਟ ਨਾਲ ਦਾ ਦੁਪੱਟਾ ਪਿਓਰ ਚਿਨੋਨ ਦਾ, ਉਹਦੇ ਉੱਤੇ ਅਸੀਂ ਔਰੇਂਜ ਅਤੇ ਮਜੈਂਟਾ ਫਲਾਵਰ ਦਿੱਤੇ ਆ, ਵਿੱਚ ਮਿਰਰ ਦਾ ਕੰਮ ਕੀਤਾ ਹੈ। ਬੜਾ ਪਿਆਰਾ ਜਿਹਾ ਸੂਟ ਆ, ਫੁੱਲ ਸਰਦਾਰੀ ਪੇਸਟਲ ਸ਼ੇਡ, ਜਿਸ ਤਰ੍ਹਾਂ ਕਈ ਗਰਲਸ ਜਿਹੜੀਆਂ ਪੇਸਟਲ ਸ਼ੇਡ ਪਸੰਦ ਕਰਦੀਆਂ। ਲਾਈਟ ਲਵੈਂਡਰ ਸ਼ੇਡ ਕਰੇਪ ਦਾ ਸਟੱਫ ਆ, ਕੰਮ ਦੇਖੋ ਕਿੰਨਾ ਸੋਹਣਾ ਹੋਇਆ ਹੈ। 2 ਕਲੀਆਂ ਦਿੱਤੀਆਂ, ਵਿੱਚ ਬੂਟੀ ਦਿੱਤੀ ਹੈ, ਕਲਰਫੁੱਲ ਅਤੇ ਘੇਰੇ ਦੇ ਉੱਤੇ ਬੂਟੇ ਦਿੱਤੇ ਆ। ਸਲਵਾਰ ਹੈ ਅਤੇ ਬਾਜੂ, ਸਲਵਾਰ ਅਤੇ ਬਾਜੂ ਸੇਮ ਆ। ਇਹਦੇ ਨਾਲ ਵੀ ਪਿਓਰ ਚਿਨੋਨ ਦਾ ਦੁਪੱਟਾ ਹੈ, ਉਹਦੇ 'ਤੇ ਬੂਟੀ ਦਿੱਤੀ ਹੈ, ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ। ਪਿਓਰ ਚਿਨੋਨ ਮਤਲਬ ਪਿਓਰ ਚਿਨੋਨ, ਬਹੁਤ ਹੀ ਸੋਫਟ, ਠੀਕ ਹੈ। ਛੋਟੀ ਛੋਟੀ ਬੂਟੀ ਦਿੱਤੀ। ਗ੍ਰੇ ਕਲਰ ਕਰੇਪ 'ਤੇ ਆ, ਪੂਰਾ ਜਾਲ ਹੈ, ਮੈਰੂਨ ਟੱਚ ਦਿੱਤਾ ਹੈ। ਬੜਾ ਹੀ ਪਿਆਰਾ ਜਿਹਾ ਪੀਸ ਆ, ਬਹੁਤ ਹੀ ਸੋਹਣੀ ਜਿਹੀ ਲੁੱਕ ਆਈ ਹੈ ਸੂਟ ਦੀ, ਬੜਾ ਪਿਆਰਾ ਬਣਿਆ। ਨੀਚੇ ਬਾਰਡਰ ਵੀ ਹੈਵੀ ਆ, ਬਾਹਾਂ ਹੈ ਸੇਮ ਐਜ਼ ਇਟ ਇਜ਼, ਇਹਦੀ ਸਲਵਾਰ ਵੀ ਬਣੀ ਹੈ। ਬਹੁਤ ਹੀ ਪਿਆਰਾ ਜਿਹਾ ਸੂਟ ਆ, ਸੇਮ ਕਲਰ ਦਾ ਅਸੀਂ ਇਹਦੇ ਨਾਲ ਦੁਪੱਟਾ ਦਿੱਤਾ ਹੈ, ਅਤੇ ਉਹਦੇ 'ਤੇ ਛੋਟੀ ਛੋਟੀ ਬੂਟੀ ਦਿੱਤੀ ਹੈ।
प्योर चिनोन दा। सेल्फ दे विच ऑर्गेंजा है, बड़ा प्यारा जा स्टफ है। तो काम देखो ये किन्ना हैवी होया, साइडां ते कलियां ते काम आ, विच बूटी आ ते घेरे ते काम होया है। बाहां ते असी पैच दिता मजेंटा कलर दा, एक दूजे तो थोड़ा डिफरेंट किया पीस दे विच, ठीक है। ते सलवार भी इस तरह बॉर्डर दिता घेरे वाला, ते बाजू शर्ट नालों थोड़ियां जिहियां डिफरेंट ने। प्योर ऑर्गेंजा दा इहदे नाल दुपट्टा है, दुपट्टे विच बूटी है ते फोर साइड इस तरह सितारे ते मोती दी लाइन दित्ती है। तुसी इहदी फेसिंग वगैरह करा के जां छोटी छोटी लैस लगवा सकते हो। बड़ा प्यारा जिहा सूट है, इहदे विच इक कलर होर सी स्काई सॉरी मजेंटा कलर, क्रेप दे उत्ते सूट है। बहुत ही प्यारा जिहा काम होया है, कलियां है, विच मिरर है, बूटी आ, बूटी भी शेडिड आ, चार कलर दी बूटी दित्ती है। नीचे घेरे दे उपर पूरा फ्लावर वड्डा दिता, उहदे विच स्काई ब्लू कलर दा आपां पैच दिता है। ते आ इहदी बाजू आ, ते सेम ही सलवार ते काम दिता है। ये प्रॉपर हैंडवर्क है, बड़ा प्यारा जिहा सूट आ, प्योर ऑर्गेंजा दा इहदे नाल दुपट्टा है। ਇਹਦੇ ਪੈਨਲਸ ਬਣੇ ਆ, ਮਿਰਰ ਦਾ ਕੰਮ ਹੋਇਆ ਦੁਪੱਟੇ ਤੇ। ਬੜਾ ਹੀ ਪਿਆਰਾ ਜਿਹਾ ਸੂਟ ਆ, ਬਹੁਤ ਹੀ ਸੋਹਣਾ, ਬੜਾ ਹੀ ਪਿਆਰਾ ਖਿਲਿਆ ਜਿਹਾ ਕੰਮ ਆ। ਤੁਸੀਂ ਸਕਰੀਨਸ਼ੋਟ ਸੈਂਡ ਕਰ ਦਿਓ, ਵਿਜ਼ਿਟ ਕਰੋ ਜ਼ਿਆਦਾ ਤੋਂ ਜ਼ਿਆਦਾ। ਅਤੇ ਹੋਰ ਵੀ ਕਾਫੀ ਜ਼ਿਆਦਾ ਵਰਾਇਟੀ ਆ, ਥੋੜ੍ਹੀ ਦੇਰ ਬਾਅਦ ਅਸੀਂ ਇੱਕ ਵੀਡੀਓ ਹੋਰ ਬਣਾਉਂਦੇ ਹਾਂ। ਥੈਂਕ ਯੂ ਸੋ ਮੱਚ।